दर्शकों ब्रेक तो बाद थोड़ा स्वागत है जी। डॉक्टर साहब साढ़े को फेसबुक मैसेज आया टोरंटो तो वीर गुरविंदर सिंह गाबी जी का, यह लिखते हैं TV84 की संगत न वाहेगुरु जी का खालसा वाहेगुरु जी की फतेह। मैं आप जी के चैनल द्वारा 64 जस्टिस नूं बेनती करनी चाहता हाँ कि एक पटीशन व्हाइट हाउस विच भी पाई जावे कि RSS एक टैररिस्ट ग्रुप है ते इस नूं अंतरराष्ट्रीय पद्धर ते बैन किया जावे। RSS दे किसी भी बंदे लीडर जा ग्रुप नूं अमरीका कनेडा आस्ट्रेलिया का वीजा ना दिता जावे, इन्हां दीआं गतिविधियां नूं बंद किया जावे। जे हो सकता है तो इदां दी कोई पटीशन व्हाइट हाउस नूं पाई जावे जिस नाल शिवसेना वर्गे अतवादी ग्रुपां नूं दुनिया विच अतवाद फैलाण तों रोकिया जा सके। जी डॉक्टर साहब, वीर गुरविंदर सिंह गाबी जी दा बहुत बहुत शुक्रिया, उन्होंने सानूं टोरंटो तों लिखे जी और उन्हां दी लिखत स्पष्ट है कि व्हाइट हाउस नूं एक पटीशन और सिक्स फॉर जस्टिस नूं उन्होंने एड्रेस कीता तो एक पटीशन इनिशिएट करन कि RSS ਨੂੰ ਦਹਿਸ਼ਤਗਰਦ ਗਰੁੱਪ ਐਲਾਨਿਆ ਜਾਏ। ਉਹਦੇ ਚ ਅਖੀਰ ਚ ਉਹਨਾਂ ਨੇ ਸ਼ਿਵ ਸੈਨਾ ਦਾ ਜ਼ਿਕਰ ਵੀ ਕੀਤਾ ਜੀ। ਉਹਨਾਂ ਨੇ ਕਿਹਾ ਕਿ ਭਾਈ ਜੇ ਇਹ ਦਹਿਸ਼ਤਗਰਦ ਐਲਾਨੇ ਜਾ ਤੇ ਫਿਰ ਕੋਈ ਵੀ ਵੀਜ਼ਾ ਲੈ ਕੇ ਇੱਥੇ ਨਹੀਂ ਆ ਸਕੇਗਾ ਕਿਉਂਕਿ ਇਹ ਆਤੰਕਵਾਦੀ ਗਰੁੱਪ ਨੇ, ਦਹਿਸ਼ਤਗਰਦ ਗਰੁੱਪ ਨੇ ਔਰ ਇਹਨਾਂ ਦੀਆਂ ਗਤੀਵਿਧੀਆਂ ਜਿਹੜੀਆਂ ਨੇ ਉਹ ਭਾਈਚਾਰੇ ਨੂੰ ਤੋੜਨ ਵਾਲੀਆਂ ਨੇ ਉਸ ਖਿੱਤੇ ਦੇ ਵਿੱਚ ਜੀ। ਦੇਖੋ ਮੈਂ ਸਮਝਦਾ ਵੀ ਸੁਝਾਅ ਤਾਂ ਇਹਨਾਂ ਦਾ ਬਹੁਤ ਵਧੀਆ ਔਰ ਇਸ ਤੋਂ ਪਹਿਲਾਂ ਜਿੱਥੋਂ ਤੱਕ ਮੈਨੂੰ ਯਾਦ ਹੈ ਇੱਕ ਜਿਹੜਾ ਪਟੀਸ਼ਨ ਟਾਈਪ, ਪਟੀਸ਼ਨ ਤਾਂ ਨਹੀਂ ਸ਼ਾਇਦ ਰਿਪ੍ਰੈਜੈਂਟੇਸ਼ਨ, ਸਟੇਟ ਡਿਪਾਰਟਮੈਂਟ ਨੂੰ ਸਿਕਸ ਫਾਰ ਜਸਟਿਸ ਨੇ ਦਿੱਤੀ ਸੀ ਕਿ RSS ਨੂੰ ਦਹਿਸ਼ਤਗਰਦ ਜਥੇਬੰਦੀ ਐਲਾਨਿਆ ਜਾਏ। ਉਸ ਦਾ ਕੋਈ ਜਵਾਬ ਆਇਆ ਜਾਂ ਨਹੀਂ ਆਇਆ ਮੇਰੇ ਕੋਲ ਕੋਈ ਉਸਦੀ ਨਹੀਂ ਹੈ ਇਨਪੁੱਟ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਵੇਲੇ ਜਿਹੜਾ ਪਹਿਲਾ ਫੋਕਸ ਹੋਣਾ ਚਾਹੀਦਾ ਹੈ ਔਰ ਪਿਛਲੇ ਦਿਨਾਂ 'ਚ ਜਿਹੜੀ ਪੈਟੀਸ਼ਨ ਚੱਲ ਰਹੀ ਹੈ ਆਲਰੇਡੀ ਵਾਈਟ ਹਾਊਸ ਨੂੰ, 15 ਅਗਸਤ ਆ ਗਿਆ, 1 ਅਗਸਤ ਆਲਰੇਡੀ ਜਿਹੜਾ ਉਹ 2 ਅਗਸਤ ਹੈ ਅੱਜ ਔਰ ਸ਼ਾਇਦ ਹਫ਼ਤੇ ਕੁ ਦਾ ਪੀਰੀਅਡ ਰਹਿ ਗਿਆ ਔਰ ਉਹ ਪੈਟੀਸ਼ਨ ਸਿਕਸ ਫਾਰ ਜਸਟਿਸ ਨੇ ਇਨੀਸ਼ੀਏਟ ਕੀਤੀ ਹੋਈ ਹੈ ਕਿ 15 ਅਗਸਤ ਕਾਲਾ ਦਿਵਸ ਸੀ ਸਾਡੇ ਲਈ ਔਰ ਸਾਡਾ ਪੰਜਾਬ ਜਿਹੜਾ ਉਹ ਇੰਡੀਅਨ ਓਕੂਪਾਈਡ ਹੈ ਔਰ ਅਸੀਂ ਖਾਲਿਸਤਾਨ ਆਪਣੀ ਸੋਵਰਟੀ ਲਈ ਲੜ ਰਹੇ ਹਾਂ ਔਰ ਇੰਟਰਵੀਨ ਕਰਕੇ ਜਿਹੜਾ ਉਹ ਸਾਨੂੰ ਸਾਡੀ ਮਦਦ ਕੀਤੀ ਜਾਏ। ਸੋ ਜਿੰਨਾ ਕੁ ਮੇਰਾ ਸੰਪਰਕ ਕੈਲੀਫੋਰਨੀਆ 'ਚ ਵੀ ਹੋਇਆ ਜਿਹੜੇ ਵਲੰਟੀਅਰਸ ਇਸ ਲਈ ਕੰਮ ਕਰਦੇ ਨੇ, ਸੋ ਉਹਨਾਂ ਨੂੰ ਕਾਫੀ ਰਫ ਐਂਡ ਟਫ ਟਾਈਮ ਫੇਸ ਕਰਨਾ ਪੈ ਰਿਹਾ ਕਿਉਂਕਿ ਕੋਆਪਰੇਸ਼ਨ ਜਿੰਨੀ ਮਿਲਣੀ ਚਾਹੀਦੀ ਸੀ ਸੰਗਤਾਂ ਵੱਲੋਂ ਉਨੀ ਨਹੀਂ ਮਿਲੀ, ਜਥੇਬੰਦੀਆਂ ਦਾ ਵੀ ਸ਼ਾਇਦ ਇਸ ਵਾਰ ਉਹਨਾਂ ਜਿਹੜਾ ਉਤਸ਼ਾਹ ਨਹੀਂ ਹੈ ਔਰ ਬੜੀ ਸਖਤ ਮਿਹਨਤ ਦੇ ਨਾਲ ਸਿਕਸ ਫਾਰ ਜਸਟਿਸ ਦੇ ਸਾਥੀ ਐਡਮਾਇਰ ਔਰ ਮੈਂ ਸਮਝਦਾ ਇਹ ਕੌਮ ਦਾ ਕੰਮ ਹੈ, ਕਿਸੇ ਇੰਡੀਵਿਜੁਅਲ ਨਾਲ ਕੋਈ ਮਤਭੇਦ ਹੈ, ਕੋਈ ਚੰਗਾ ਲੱਗਦਾ ਕੋਈ ਨਹੀਂ ਲੱਗਦਾ ਕਿਸੇ ਨੂੰ ਇਹ ਵੱਖਰੀ ਗੱਲ ਹੈ, ਲੇਕਿਨ ਮੈਂ ਸਮਝਦਾ ਵੀ ਇਹ ਸ਼ਾਇਦ 70,000 ਦੇ ਨੇੜੇ ਤੇੜੇ ਫਿਗਰ ਜਿਹੜੀ ਅੱਜ ਮੈਨੂੰ ਸਵੇਰੇ ਪਤਾ ਲੱਗੀ ਵੀ ਹੋ ਚੁੱਕੀ ਹੈ, 30,000 ਹੋਰ ਦਸਖਤ ਇਸ ਲਈ ਚਾਹੀਦੇ ਨੇ 1 ਲੱਖ ਪੂਰਾ ਕਰਨ ਲਈ। ਸੋ ਮੈਂ ਇਹ ਪੁਰਜ਼ੋਰ ਗੁਜ਼ਾਰਿਸ਼ ਕਰਾਂਗਾ ਕਿ ਆਪੋ ਆਪਣੇ ਤਾਂ ਜਿਨ੍ਹਾਂ ਨੇ ਕਰ ਵੀ ਦਿੱਤੇ ਨੇ ਇਸ ਗੱਲ ਨੂੰ ਯਕੀਨੀ ਬਣਾਓ ਕਿ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਜਿਨ੍ਹਾਂ ਦੀ ਨਹੀਂ ਈਮੇਲ ਵੀ ਹੈ ਈਮੇਲ ਤਾਂ ਬਣ ਜਾਂਦੀ ਹੈ, ਕਿਉਂਕਿ ਇਹਦੇ 'ਚ ਕੋਈ ਇਹ ਤਾਂ ਨਹੀਂ ਹੈ ਕਿ ਕੋਈ ਵੋਟਾਂ ਨੇ ਕਿ ਭਾਈ 21 ਸਾਲ ਤੋਂ ਉੱਪਰ ਵਾਲਿਆਂ ਨੇ ਜਾਂ 18 ਸਾਲ ਤੋਂ ਉੱਪਰ ਵਾਲੇ ਨੇ ਪਾਣੀ ਹੈ ਜਾਂ ਕੋਈ ਹੋਰ ਕਿਸੇ ਕੋਲ ਸਿਟੀਜ਼ਨਸ਼ਿਪ ਹੈ ਜਾਂ ਨਹੀਂ ਹੈ, ਇਹਦੇ ਨਾਲ ਇਹਦਾ ਕੋਈ ਤਾਲੁਕ ਨਹੀਂ, ਨਾ ਹੀ ਇਹ ਕੋਈ ਇਨਫੋਰਮੇਸ਼ਨ ਕਿਸੇ ਹੋਰ ਕੋਲ ਜਾਂਦੀ ਹੈ। ਜਦੋਂ ਤੁਸੀਂ ਵਾਈਟ ਹਾਊਸ ਨੂੰ ਐਡਰੈਸ ਕਰਦੇ ਹੋ ਈਵਨ ਸਿਕਸ ਫਾਰ ਜਸਟਿਸ ਕੋਲ ਵੀ ਇਸ ਦਾ ਡਾਟਾ ਨਹੀਂ ਆਉਂਦਾ, ਉਹ ਸਿੱਧਾ ਉਹਨਾਂ ਦੇ 'ਚ ਜਾਂਦਾ ਔਰ ਉਹ ਫਿਰ ਜੇ ਲੱਖ ਦਸਖਤ ਹੁੰਦੇ ਨੇ ਤਾਂ ਉਹ ਰਿਸਪੋਂਡ ਕਰਦੇ ਨੇ। ਸੋ ਜੇ ਇਹ ਪੈਟੀਸ਼ਨ ਸਕਸੈਸਫੁਲੀ ਸਾਡੀ ਜਾਂਦੀ ਹੈ, ਸਰਟਨਲੀ ਜਦੋਂ ਮੈਨੂੰ ਮੌਕਾ ਬਣਿਆ ਆਉਣ ਵਾਲੇ ਪੀਰੀਅਡ 'ਚ ਕੁਛ ਵਕਤ ਪਾ ਕੇ, ਕਿਉਂਕਿ ਮੈਂ ਕਹਿ ਰਿਹਾ ਸੀ ਇੱਕ ਭੈਣ ਜੀ ਨੂੰ ਕੈਲੀਫੋਰਨੀਆ 'ਚ, ਮੈਂ ਕਿਹਾ ਜੀ ਜਿਸ ਤਰ੍ਹਾਂ ਕਈ ਵਾਰੀ ਕੋਈ ਜਹਾਜ਼ ਹਾਦਸਾ ਗ੍ਰਸਤ ਹੋ ਜਾਂਦਾ ਅਤੇ ਉਹ ਸਾਰੇ ਦੇਖਦੇ ਨੇ ਕਿ ਉਹਦਾ ਬਲੈਕ ਬਾਕਸ ਮਿਲਿਆ, ਉਹਦੇ 'ਚ ਵੀ ਕੁਛ ਨਹੀਂ, ਇੱਧਰ ਵੀ ਕੁਛ ਨਹੀਂ, ਅਤੇ ਇੱਕ ਫਿਰ ਹੈਗਾ ਮੈਟਲ ਫਟੀਗ ਕਿ ਜਿਹੜੀ ਮੈਟਲ ਹੈ ਉਹ ਹੀ ਥੱਕ ਗਈ ਸੀ, ਕਿ ਬਈ ਉਹਦੇ 'ਚ ਹੀ ਉਹ ਫਟੀਕ ਕਲੈਪਸ ਹੋ ਗਿਆ। ਸੋ ਕਈ ਵਾਰੀ ਇਹ ਵੀ ਹੁੰਦਾ ਵੀ ਜਦੋਂ ਤੁਸੀਂ ਉੱਪਰੋਂ ਥੱਲੀ ਪਟੀਸ਼ਨਾਂ ਕਰਦੇ ਹੋ ਤਾਂ ਪੈਟੀਸ਼ਨ ਫਟੀਗ ਆ ਜਾਂਦੀ ਹੈ। ਸੋ ਮੈਨੂੰ ਲੱਗਦਾ ਵੀ ਇਸ ਵਾਰ ਜਿਹੜਾ ਥੋੜ੍ਹਾ ਜਿਹਾ ਘੱਟ ਰਿਸਪੋਂਸ ਰਿਹਾ ਉਹਦੇ 'ਚ ਪੈਟੀਸ਼ਨ ਫਟੀਗ ਵੀ ਹੈ। ਸੋ ਕੁਛ ਸਮਾਂ ਪਾ ਕੇ ਮੈਂ ਸਮਝਦਾ ਵੀ ਇਹ ਬੜੀ ਵੈਲਿਡ ਜਿਹੜੀ ਪੈਟੀਸ਼ਨ ਹੋਏਗੀ ਕਿ RSS ਨੂੰ ਦਹਿਸ਼ਤਗਰਦ ਜਥੇਬੰਦੀ ਐਲਾਨੋ। ਇਸ ਦੇ ਵਿੱਚ ਈਵਨ ਅਸੀਂ ਜਿਹੜੇ ਪਾਕਿਸਤਾਨੀ ਜਿਹੜੇ ਕਸ਼ਮੀਰੀ ਮੁਸਲਮਾਨ ਨੇ ਇੱਥੇ, ਈਵਨ ਭਾਰਤ ਵਿਚਲੇ ਵੀ ਔਰ ਈਵਨ ਜਿਹੜੇ ਦੂਸਰੇ ਕਮਿਊਨਿਸਟ ਗਰੁੱਪ ਨੇ, ਸੈਕੂਲਰ ਜਿਹੜੇ ਆਪਣੇ ਆਪ ਨੂੰ ਕਹਿਣ ਵਾਲੇ,
ਉਹ ਵੀ ਇਸ ਦੇ ਵਿੱਚ ਪਾਰਟਿਸਿਪੇਟ ਕਰਨਾ ਚਾਹਣਗੇ ਕਿ ਆਰ ਐਸ ਐਸ ਜਿਹੜੀ ਹੈ ਇਸ ਨੂੰ ਇੱਕ ਦਹਿਸ਼ਤਗਰਦ ਜਥੇਬੰਦੀ ਐਲਾਨਿਆ ਜਾਏ। ਸੋ ਵੀਰ ਗੁਰਵਿੰਦਰ ਸਿੰਘ ਗਾਬੀ ਜੀ ਦਾ ਬਹੁਤ ਬਹੁਤ ਸ਼ੁਕਰੀਆ ਉਹਨਾਂ ਨੇ ਸਾਨੂੰ ਲਿਖਿਆ ਜੀ। ਡਾਕਟਰ ਸਾਹਿਬ ਪ੍ਰੋਗਰਾਮ ਦੇ ਅਖੀਰਲੇ ਪਲਾਂ ਵਿੱਚ ਤੇ ਸਰ ਦਰਸ਼ਕਾਂ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਕਬੀਰ ਜੀ ਦਾ ਗੌੜੀ ਪੂਰਵੀ 12ਵੀਂ ਦਾ ਸ਼ਬਦ ਚੁਣਿਆ ਜੀ। ਬਿਪਲ ਬਸਤਰ ਕੀਤੇ ਹੈ ਪਹਿਰੇ, ਕਿਆ ਬਨ ਮਦੇ ਬਾਸਾ, ਕਹਾਂ ਭਇਆ ਨਰ ਦੇਵੇ ਧੋਖਾ, ਕਿਆ ਜਲ ਬੋਰਿਓ ਗਿਆਤਾ, ਜੀਅਰੇ ਜਾਹੇਗਾ ਮੈਂ ਜਾਣਾ, ਅਵਗਤ ਸਮਝ ਇਆਨਾ, ਜਤ ਜਤ ਦੇਖੋ ਬੋਹਰ ਨਾ ਪੇਖੋ, ਸੰਗ ਮਾਇਆ ਲਪਟਾਨਾ ਰਹਾਓ, ਗਿਆਨੀ ਧਿਆਨੀ ਬਹੁ ਉਪਦੇਸੀ, ਇਹੋ ਜਗ ਸਗਲੋ ਧੰਦਾ, ਕਹਿ ਕਬੀਰ ਇੱਕ ਰਾਮ ਨਾਮ ਬਿਨ, ਇਹਾ ਜਗ ਮਾਇਆ ਅੰਧਾ। ਹੁਣ ਅੱਜ ਕੱਲ ਬ੍ਰਹਮ ਗਿਆਨੀ ਬਣਨ ਦਾ ਕੰਮ ਬੜਾ ਸੌਖਾ ਹੁੰਦਾ ਹੈ, ਖੁੱਲਾ ਜਿਹਾ ਇੱਕ ਚੋਲਾ ਸਵਾ ਲਓ ਅਤੇ ਅੱਧੇ ਕੁ ਤਾਂ ਉਈ ਮੱਥੇ ਟੇਕਣ ਲੱਗ ਜਾਂਦੇ ਨੇ ਕਿ ਜੀ ਇਹ ਵੱਡੇ ਬਾਬਾ ਜੀ ਨੇ। ਸੋ ਕਬੀਰ ਸਾਹਿਬ ਨੇ ਸ਼ੁਰੂ ਹੀ ਇੱਥੋਂ ਕੀਤਾ, ਬਿਪਲ ਬਸਤਰ ਕੀਤੇ ਹੈ ਪਹਿਰੇ। ਬਿਪਲ ਕਹਿੰਦੇ ਨੇ ਖੁੱਲ੍ਹੇ ਕੱਪੜਿਆਂ ਨੂੰ, ਚੋਲਾ, ਕਿ ਭਾਈ ਤੁਸੀਂ ਭਾਵੇਂ ਜਿੰਨੇ ਮਰਜ਼ੀ ਕਿਸਮ ਦੇ ਖੁੱਲ੍ਹੇ ਚੋਲੇ ਔਰ ਵੱਡੇ ਵੱਡੇ ਜਿਹੜੇ ਨੇ ਉਹ ਪਹਿਨ ਲਓ ਪਹਿਰਾਵੇ। ਕਿਆ ਬਨ ਮਦੇ ਬਾਸਾ, ਉਹ ਨੇ ਇੱਕ ਤਾਂ ਖੁੱਲ੍ਹੇ ਚੋਲੇ ਪਾ ਕੇ ਘੁੰਮਦੇ ਨੇ ਕਿ ਅਸੀਂ ਰੱਬ ਦੇ ਬਹੁਤ ਨੇੜੇ ਹਾਂ। ਇੱਕ ਜਿਹੜੇ ਨੇ ਜੰਗਲਾਂ 'ਚ ਦੌੜ ਜਾਂਦੇ ਨੇ, ਉੱਥੇ ਜਾ ਕੇ ਧੂਣੇ ਤਪਾਉਂਦੇ ਨੇ, ਉੱਥੇ ਜਾ ਕੇ ਆਪਣੀ ਤਪੱਸਿਆ ਦੀ ਗੱਲ ਵੇਚਦੇ ਨੇ ਫਿਰ ਆਪਣੇ ਚੇਲਿਆਂ ਨਾਲ ਕਿ ਜੀ ਬਾਬਾ ਜੀ ਕਿਆ ਕਹਿਣੇ ਬਾਬਾ ਜੀ ਦੇ, ਉਹ ਤਾਂ ਕਿੱਕਰ ਦੇ ਉੱਤੇ ਚੜ੍ਹ ਕੇ ਤਪੱਸਿਆ ਕਰਦੇ। ਉਹ ਦਿਆਲ ਸਿੰਘ ਦਿਲਬਰ ਢਾਡੀ ਸੀ, ਉਹ ਕਹਿੰਦੇ ਜੀ ਸਾਡੇ ਬਾਬਾ ਜੀ ਕਿੱਕਰ 'ਤੇ ਚੜ੍ਹ ਕੇ ਤਪੱਸਿਆ ਕਰਦੇ। ਉਹ ਕਹਿੰਦੇ ਉਹ ਬਾਬਾ ਹੈ ਕਿ ਕਿਰਲਾ, ਵੀ ਥੱਲੇ ਉਹਨੂੰ ਤਕਲੀਫ ਹੁੰਦੀ ਹੈ ਜੇ ਰੱਬ ਦਾ ਨਾਂ ਹੀ ਲੈਣਾ। ਪਰ ਬਨਮਦੇ ਬਾਸਾ ਦਾ ਮਤਲਬ ਹੀ ਇਹ ਸੀ ਕਿ ਉਹ ਜਿਹੜੀਆਂ ਤੁਸੀਂ ਉਹਨਾਂ ਦੀਆਂ ਕਰਾਮਾਤਾਂ ਬਣਾ ਕੇ ਜਾਲੀ ਜਿਹੀਆਂ ਵੇਚੋ। ਫਿਰ ਕਬੀਰ ਕਹਾਂ ਭਇਆ ਨਰ ਦੇਵੇ ਧੋਖਾ, ਹੁਣ ਧੋਖਾ ਜਿਹਨੂੰ ਤੁਸੀਂ ਕਹਿੰਦੇ ਧੂਣੀ ਲਾਉਣਾ, ਧੁਖਾਣਾ, ਵੀ ਉਹ ਨੇ ਜਿਹੜੇ ਧੂਣੀ ਲਾ ਕੇ ਬੈਠੇ ਨੇ ਜੀ ਸਾਡੇ ਬਾਬਾ ਜੀ ਤਨ 'ਤੇ ਵੀ ਕੱਪੜਾ ਨਹੀਂ ਪਾਉਂਦੇ, ਤਾਂ ਬਸ 12 ਮਹੀਨੇ ਇੱਕ ਉਹਨਾਂ ਨੇ ਧੂਣੀ ਤਾਂ ਉਹ ਅੱਗ ਦੇ ਕੋਲ ਬੈਠਾ, ਕੱਪੜੇ ਦੀ ਲੋੜ ਹੀ ਨਹੀਂ, ਚੰਗੇ ਭੱਲੇ ਉੱਥੇ ਜਿਹੜੇ ਨੇ ਚੁੱਲ੍ਹੇ ਦੇ ਦੂਰ ਹੋਵੋ ਤਾਂ ਬੰਦਾ ਜਿਹੜਾ ਉਹ ਲਾਹਣ ਨੂੰ ਹੁੰਦਾ ਹੈ ਕਿ ਭਾਈ ਗਰਮੀ ਲੱਗਦੀ ਹੈ। ਹੁਣ ਉਹਨਾਂ ਨੇ ਕਬੀਰ ਸਾਹਿਬ ਕਹਿੰਦੇ ਕਿ ਆਹ ਧੂਣੀਆਂ ਤਾਂ ਖਾ ਕੇ ਬਹਿਣ ਦਾ ਕੀ ਫਾਇਦਾ ਹੈ। ਕਹਾਂ ਪਿਆ ਨਰ ਦੇਵੇ ਧੋਖਾ, ਕਿਆ ਜਲ ਬੋਰਿਓ ਗਿਆ ਤਾ। ਇੱਕ ਜਿਹੜੇ ਨੇ ਤੀਰਥ ਇਸ਼ਨਾਨ, ਕਿ ਜੀ ਅਸੀਂ ਡੁਬਕੀ ਲਾਏ, ਹਰ ਸਾਲ ਗੰਗਾ ਜਾਂਦੇ ਨੇ ਜੀ, ਹਰ ਸਾਲ ਫਲਾਣੇ ਸਰੋਵਰ 'ਚ ਇਸ਼ਨਾਨ ਕਰਦੇ ਨੇ ਜੀ। ਸੋ ਇੱਕ ਤਾਂ ਤੁਸੀਂ ਸ਼ਰਧਾ ਵਸ ਪਿਆਰ ਵਸ ਹੈ, ਇੱਕ ਤੁਸੀਂ ਉਹਨੂੰ ਕਰਮਕਾਂਡ ਬਣਾਇਆ ਹੋਇਆ ਆਪਣਾ ਸੌਦਾ ਵੇਚਣ ਦੇ ਲਈ ਕਿ ਜੀ ਉੱਥੇ ਜਾ ਕੇ ਕੁੰਭ ਨਹਾ ਕੇ ਆਏ ਹੈ ਜੀ। ਸੋ ਇਹ ਕਹਿ ਕੇ ਕਬੀਰ ਸਾਹਿਬ ਨੇ ਕਿਹਾ, ਜੀ ਅਰੇ ਜਾਹੇਗਾ ਮੈਂ ਜਾਣਾ, ਹੇ ਜੀ ਹੇ ਮਨ, ਇਸ ਗੱਲ ਨੂੰ ਯਾਦ ਰੱਖ ਕਿ ਅਲਟੀਮੇਟਲੀ ਤੂੰ ਜਾਣੇ, ਇਹ ਇਸ ਕਿਸਮ ਦੇ ਪਖੰਡਾਂ ਨਾਲ ਨਹੀਂ ਰੱਬ ਮਿਲਦਾ, ਤੂੰ ਇਸ ਦੁਨੀਆਂ ਤੋਂ ਜਾਣੇ। ਅਭਿਗਤ ਪ੍ਰਭੂ ਪ੍ਰਭੂ ਸਮਝ ਇਹ ਆਣ, ਅਭਿਗਤ ਅਵਿਅਕਤ, ਇੱਕ ਹੁੰਦਾ ਹੈ ਵਿਅਕਤ, ਇੱਕ ਹੈ ਅਵਿਅਕਤ ਜਿਹੜਾ ਨਜ਼ਰ ਨਹੀਂ ਆਉਂਦਾ। ਜਿਵੇਂ ਬਹੁਤ ਵਾਰੀ ਉਦਾਹਰਣ ਦਿੱਤੀ ਜਾਂਦੀ ਹੈ ਕਿ ਜੀ ਦੁੱਧ ਦੇ ਵਿੱਚ ਘਿਓ ਹੈ, ਮੱਖਣ ਹੈ, ਨਜ਼ਰ ਨਹੀਂ ਆਉਂਦਾ ਪਰ ਉਸ ਦੇ ਵਿੱਚ ਹੈ। ਹੁਣ ਅੱਗ ਲੱਕੜ ਦੇ ਵਿੱਚ ਅੱਗ ਹੈ, ਨਜ਼ਰ ਤਾਂ ਨਹੀਂ ਆਉਂਦੀ ਲੇਕਿਨ ਲੱਕੜ 'ਚ ਅੱਗ ਹੈ। ਸੋ ਅਵਿਅਕਤ ਜਿਹੜਾ ਹੈ ਇੱਕ ਵਿਅਕਤ ਹੈ, ਵਿਅਕਤ ਦੇ ਵਿੱਚ ਅਵਿਅਕਤ ਹੈ ਕਿ ਹੇ ਆਣੇ ਹੇ ਨਾ ਸਮਝ, ਉਸ ਵਾਹਿਗੁਰੂ ਨੂੰ ਅਵਿਅਕਤ ਵਾਹਿ ਉਸ ਨਿਰੰਕਾਰ ਨੂੰ ਸਮਝ, ਜਤ ਜਤ ਦੇਖੋ ਬੋਹਰ ਨਾ ਪੇਖੋ, ਸੰਗ ਮਾਇਆ ਲਪਟਾਨਾ, ਕਿ ਤੇਰੀ ਅੱਖ ਜਿੱਥੇ ਜਿੱਥੇ ਤੱਕ ਜਾਂਦੀ ਹੈ ਤੇਰੀ ਨਜ਼ਰ, ਜਿਸ ਨੂੰ ਤੂੰ ਦ੍ਰਿਸ਼ਟਮਾਨ ਸੰਸਾਰ ਕਹਿੰਦਾ, ਦੇਖ ਰਿਹਾ ਕਿ ਇਹ ਰਹਿਣ ਵਾਲਾ ਹੈ, ਪਰ ਜਤ ਜਤ ਜੋ ਤੂੰ ਦੇਖ ਰਿਹਾ ਅਲਟੀਮੇਟਲੀ ਨਹੀਂ ਰਹਿਣਾ, ਇਹਨੇ ਬਿਨਸ ਜਾਣਾ, ਸੰਗ ਮਾਇਆ ਲਪਟਾਨਾ, ਫਿਰ ਵੀ ਤੂੰ ਇਹਨਾਂ ਚੀਜ਼ਾਂ ਦੇ ਨਾਲ ਜਿਹੜੀਆਂ ਕਿ ਜਾਣ ਵਾਲੀਆਂ ਨੇ ਉਹਨਾਂ ਦੇ ਨਾਲ ਮੋਹ ਕਰਦਿਆਂ, ਉਹਨਾਂ ਦੇ ਨਾਲ ਲਿਪਟਿਆ ਹੋਇਆ ਰਹਾਓ, ਗਿਆਨੀ ਧਿਆਨੀ ਬਹੁ ਉਪਦੇਸੀ, ਇਹੋ ਜਗ ਸਗਲੋ ਧੰਦਾ। ਇੱਕ ਤਾਂ ਧੂਣੇ ਵਾਲੇ ਆ ਗਏ, ਚੋਲੇ ਵਾਲੇ ਆ ਗਏ, ਜੰਗਲਾਂ ਵਾਲੇ ਆ ਗਏ, ਧੂਣੇ ਵਾਲੇ ਆ ਗਏ, ਜਿਹੜੇ ਨੇ ਹੋਰ ਇਸੇ ਤਰ੍ਹਾਂ ਕਈ ਆਪਣੇ ਆਪ ਨੂੰ ਬੜੇ ਗਿਆਨਵਾਨ, ਕਿੰਨੇ ਨਾਲ ਵਿਸ਼ੇਸ਼ਣ ਲਾਇਆ ਹੁੰਦੇ ਨੇ, 108 ਫਲਾਣਾ ਟਿਮਕਾ ਧਿਆਨੀ, ਕਹਿੰਦੇ ਜੀ ਬਸ ਸਵੇਰੇ ਉਹ ਅੱਖ ਬੰਦ ਕਰਦੇ ਨੇ, ਦੁਪਹਿਰ ਤੱਕ ਜਿਹੜੀ ਖੁੱਲ੍ਹਦੀ ਨਹੀਂ ਉਹ ਨੀਂਦ ਆਈ ਹੁੰਦੀ ਹੈ, ਉਹ ਸੁੱਤੇ ਹੁੰਦਾ ਕਹਿੰਦਾ ਨਾ ਬਾਬਾ ਜੀ ਭੌਰੇ 'ਚ ਤਪੱਸਿਆ ਕਰ ਰਹੇ ਨੇ, ਉਹ ਸੁੱਤਾ ਹੁੰਦਾ ਘਰੋੜੇ ਬਾਹਰ ਘਰਾੜਿਆਂ ਦੀ ਆਵਾਜ਼ ਆ ਰਹੀ ਹੁੰਦੀ, ਉਹ ਕਹਿੰਦੇ ਨਹੀਂ ਇਹ ਵਾਜੇ ਵੱਜ ਰਹੇ ਨੇ, ਇਹਦੀ ਸੁਰਤ ਲੱਗੀ ਹੋਈ ਹੈ। ਸੋ ਇਹ ਜਿਹੜੇ ਗਿਆਨੀ ਧਿਆਨੀ ਬਹੁ ਉਪਦੇਸੀ, ਇਹੋ ਜਗ ਸਗਲੋ ਧੰਦਾ। ਕਬੀਰ ਸਾਹਿਬ ਕਹਿੰਦੇ ਨੇ ਧੰਦਾ ਬਣ ਗਿਆ, ਰੋਟੀਆਂ ਕਾਰਨ ਪੂਰੇ ਤਾਲ ਤੁਸੀਂ ਸਿਰ ਮਾਰ ਰਹੇ ਹੋ, ਤੁਸੀਂ ਆਪਣੇ ਆਪ ਨੂੰ ਬੜਾ ਅਧਿਆਤਮਵਾਦੀ ਦੱਸ ਰਹੇ ਹੋ। ਕਹਿ ਕਬੀਰ ਇੱਕ ਰਾਮ ਨਾਮ ਬਿਨ, ਇਹ ਜਗ ਮਾਇਆ ਅੰਧਾ।
कि जे रब दे नाम दी प्रीत नहीं है, और इसनों ही दसवें पातशाह ने फरमाया सी कहां बहो जो दो लोचन मूंद कै बैठ रहे हो, बख ध्यान लगायो नात फिरो लिए सात समुद्रन, लोक गयो पर लोक गवायो, बास कियो बिख्यान सो बैस के, ऐसे ही ऐसे सो बैस बितायो, साच कहो सुन लिहो सब है जिन प्रेम कियो तिन ही प्रभु पायो। बगले की तरह समाधि ला लो, नहाते फिरो, बैसा च पी जाओ, कुछ नहीं है, अल्टीमेटली जिन प्रेम कियो तिन ही प्रभु पायो। रब दे नाल प्रीत प्यार कह कबीर इक राम नाम बिन, यह जग माया अंधा, पर इस राम नाम नू छड़ के दुनिया तो माया दे विच अन्नी हुई हुई है। यह आज दा विचार जी डॉक्टर साहब, थोड़ा बहुत बहुत शुक्रिया, तुसी आज दा विचार सारे दर्शकों नाल साझा कीता, इसने अपने व्यूअर्स के लिए इजाजत। व्यूअर्स, साडे प्रोग्राम दा समय इत्थे समाप्त हुंदा, तुसी अपने राय ते सुझाव सानू भेजना भुलना साडे इस पते ते sos@tv4.tv ते, असी अपना प्रोग्राम लैके फिर दोबारा तुहाडे सामने मुखवांगे। तद तक लई मैनू ते अपना सन आग्या दो, देखदे रहो टीवी रिफो, बुला दिओ फतेह, वाहेगुरु जी का खालसा, वाहेगुरु जी की फतेह।